ਲਗਾ ਕੇ ਇੱਕ ਸੈਕਸ ਐਕਟ ਚਲਾ ਰਹੀ ਹੈ। ਸੋ ਇਸ ਇਨਫੋਰਮੇਸ਼ਨ 'ਤੇ ਸਾਡੇ ਐਸ ਐਚ ਓ ਸਾਹਿਬ ਕਾਫੀ ਦੇਰ ਦਾ ਵਰਕ ਕਰ ਰਹੇ ਸੀ। ਸੋ ਅੱਜ ਆਪਾਂ ਉੱਥੇ ਰੇਡ ਕੀਤਾ। ਉਸ ਲੇਡੀ ਸ਼ਾਰਦਾ ਨੂੰ ਅਤੇ ਹੋਰ ਜਿਹੜੇ 15 ਬੰਦੇ ਸੀ ਉੱਥੇ ਸੈਕਸ ਰੈਕਟ ਦੇ ਵਿੱਚ ਇਨਵੋਲਵ ਸਾਰੇ ਅਰੈਸਟ ਕਰ ਲਏ। ਸਮੇਂ ਦੀ ਵੱਡੀ ਖਬਰ ਪਠਾਨਕੋਟ ਤੋਂ ਆ ਰਹੀ ਹੈ। ਦੱਸ ਦਈਏ ਪਠਾਨਕੋਟ ਦੇ ਟਾਕੀ ਰੋਡ ਦੇ ਵਿੱਚ ਸ਼ਾਰਦਾ ਨਾਮ ਦੀ ਇੱਕ ਔਰਤ ਦੇ ਵੱਲੋਂ ਸੈਕਸ ਰੈਕਟ ਚਲਾਏ ਜਾ ਰਹੇ ਹੈ। ਸੈਕਸ ਰੈਕਟ ਚਲਾਉਣ ਵਾਲੀ ਇਹ ਮਹਿਲਾ ਨੂੰ ਪੁਲਿਸ ਨੇ ਜਿਹੜਾ ਹੈ ਗ੍ਰਿਫਤਾਰ ਕਰ ਲਿਆ। ਪੁਲਿਸ ਦੇ ਸਿਕੰਜੇ ਦੇ ਵਿੱਚ ਇਹ ਔਰਤ ਜਿਹੜੀ ਆ ਚੁੱਕੀ ਹੈ। ਇਸ ਦੇ ਨਾਲ ਹੀ 15 ਮੇਲ ਜਿਹੜੇ ਨੇ ਅਤੇ ਇੱਕ ਫੀਮੇਲ ਜਿਹੜੀ ਲੜਕੀ ਹੈ ਉਸ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਰੇਡ ਜਦੋਂ ਕੀਤੀ ਹੈ ਅਤੇ ਦੱਸ ਦਈਏ ਇਤਰਾਜ਼ਯੋਗ ਅਵਸਥਾ ਦੇ ਵਿੱਚ ਇਤਰਾਜ਼ਯੋਗ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਅਤੇ ਫਿਲਹਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇਸ ਸਮੇਂ ਦੀ ਵੱਡੀ ਖਬਰ ਪਠਾਨਕੋਟ ਦੇ ਵਿੱਚ ਸੈਕਸ ਰੈਕਟ ਚਲਾਉਣ ਵਾਲੀ ਸ਼ਾਰਦਾ ਨਾਮ ਦੀ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਡਿਵੀਜ਼ਨ ਨੰਬਰ 2 ਦੇ ਵਿੱਚ ਇਹ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਅਤੇ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਤਾਂ ਜ਼ਰੂਰ ਕੀਤੀ ਜਾਵੇਗੀ। ਅਤੇ ਇੱਕ ਵਾਰ ਤੁਹਾਨੂੰ ਦੱਸ ਦਿੰਦੇ ਹਾਂ, DSP ਸਿਟੀ ਪਠਾਨਕੋਟ ਰਜਿੰਦਰ ਮਨਹਾਸ ਨੇ ਕੀ ਜਾਣਕਾਰੀ ਸਾਂਝੀ ਕੀਤੀ ਇਸ ਔਰਤ ਵਾਲੇ, ਕੀ ਹਿਸਟਰੀ ਇਸ ਔਰਤ ਦੀ ਰਹੀ ਹੈ ਅਤੇ ਕਿਸ ਤਰ੍ਹਾਂ ਦੇ ਹੋਰ ਵੀ ਜਿਹੜੇ ਕੇਸਿਸ ਜਿਹੜੇ ਨੇ, ਹੋਰ ਵੀ ਜਿਹੜੇ ਮਾਮਲੇ ਨੇ ਇਸ ਔਰਤ ਦੇ ਉੱਤੇ ਦਰਜ ਨੇ, ਉਹ ਤਮਾਮ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਆਓ ਸੁਣ ਲੈਂਦੇ ਹਾਂ DSP ਸਿਟੀ ਪਠਾਨਕੋਟ ਰਜਿੰਦਰ ਮਨਹਾਸ ਦੀ ਸਾਂਝੀ ਕੀਤੀ ਹੋਈ ਇਹ ਜਾਣਕਾਰੀ। ਪੁਲਿਸ ਨੂੰ ਰੀਸੈਂਟਲੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਕਿ ਇੱਕ ਸ਼ਾਰਦਾ ਨਾਂ ਦੀ ਲੇਡੀ ਹੈ, ਢਾਕੀ ਚੌਂਕ ਪਠਾਨਕੋਟ ਦੇ ਨੇੜੇ ਰਹਿੰਦੀ ਹੈ, ਉਹ ਚੱਕਲਾ ਚਲਾ ਰਹੀ ਆ ਔਰ ਬਾਹਰ ਤੋਂ ਕੁੜੀਆਂ ਮੰਗਾ ਕੇ ਇੱਕ ਸੈਕਸ ਐਕਟ ਚਲਾ ਰਹੀ ਹੈ। ਸੋ ਇਸ ਇਨਫੋਰਮੇਸ਼ਨ 'ਤੇ ਸਾਡੇ ਐਸ ਐਚ ਓ ਸਾਹਿਬ ਕਾਫੀ ਦੇਰ ਦਾ ਵਰਕ ਕਰ ਰਹੇ ਸੀ। ਸੋ ਅੱਜ ਆਪਾਂ ਉੱਥੇ ਰੇਡ ਕੀਤਾ। ਉਸ ਰੇਡ ਦੇ ਦੌਰਾਨ ਇੱਕ ਲੜਕੀ, 15 ਜੈਂਟਸ ਉੱਥੇ ਮਿਲੇ ਸੀ ਇਤਰਾਜ਼ਯੋਗ ਹਾਲਤ 'ਚ। ਸੋ ਆਪਾਂ ਉਸ ਲੇਡੀ ਸ਼ਾਰਦਾ ਨੂੰ ਅਤੇ ਹੋਰ ਜਿਹੜੇ 15 ਬੰਦੇ ਸੀ ਉੱਥੇ ਇਸ ਸੈਕਸ ਰੈਕਟ ਦੇ ਵਿੱਚ ਇਨਵੋਲਵ ਸਾਰੇ ਅਰੈਸਟ ਕਰ ਲਏ ਆ। ਔਰ ਜਿਹੜੀ ਉੱਥੇ ਕੁੜੀ ਵਿਕਟਿਮ ਹੈ, ਜਿਹੜੀ ਕਿ ਇਸ ਧੰਦੇ ਦੇ ਵਿੱਚ ਜਿਹੜੀ ਅਫੈਕਟਡ ਸੀ, ਉਸਨੂੰ ਵੀ ਆਪਾਂ ਲੈ ਲਿਆ ਆਪਣੇ ਕਬਜ਼ੇ 'ਚ ਅਤੇ ਉਹਨੂੰ ਪ੍ਰੋਬੇਬਲੀ ਆਪਾਂ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਹੈਂਡ ਓਵਰ ਕਰਾਂਗੇ। ਔਰ ਇਸ ਨੂੰ ਅਰੈਸਟ ਕਰ ਲਿਆ ਆਪਾਂ, ਸ਼ਾਰਦਾ ਨੂੰ ਅਤੇ 15 ਬੰਦਿਆਂ ਨੂੰ ਵੀ ਅਰੈਸਟ ਕਰ ਲਿਆ ਆਪਾਂ, ਅੱਜ ਕੋਰਟ 'ਚ ਪੇਸ਼ ਕਰ ਰਹੇ ਹਾਂ। ਜੋ ਇਸ ਲੇਡੀ ਜਿਹੜੀ ਸ਼ਾਰਦਾ ਹੈ ਇਹਦੇ ਖਿਲਾਫ਼ ਆਲਰੇਡੀ 3 ਪਰਚੇ ਦਰਜ ਨੇ ਜਿਹੜੇ ਕਿ ਅੰਡਰ ਟ੍ਰਾਇਲ ਨੇ ਅਜੇ। ਸੋ ਆਪਾਂ ਇਸ ਗੱਲ ਨੂੰ ਸੀਰੀਅਸਲੀ ਲਵਾਂਗੇ ਔਰ ਇਸ ਦੌਰਾਨ ਇਹਦੀ ਜੋ ਪ੍ਰੋਪਰਟੀ ਜੇ ਇਸ ਧੰਦੇ ਤੋਂ ਬਣਾਈ ਆ ਆਪਾਂ ਉਸ ਵੀ ਵੇਰੀਫਾਈ ਕਰ ਰਹੇ ਹਾਂ ਤਾਂ ਕਿ ਇਸ ਚੀਜ਼ਾਂ 'ਤੇ ਠੱਲ ਪਾਈ ਜਾ ਸਕੇ। ਸੋ ਆਪਾਂ ਉਸ ਨੈੱਟਵਰਕ ਨੂੰ ਵੀ ਖੰਗਾਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜਾ ਕਿੱਥੇ ਕਿੱਥੇ ਨੈੱਟਵਰਕ ਹੈ ਉਸ ਨੂੰ ਸਾਰਿਆਂ ਨੂੰ ਐਕਸਪੋਜ਼ ਕਰਾਂਗੇ। ਕੋਰਟ ਦਾ ਇੱਕ ਪ੍ਰੋਸੀਜਰ ਆ, ਲਾਅ ਆਪਣਾ ਐਕਸ਼ਨ ਆਪ ਕਰਦਾ ਹੈ। ਜੇ ਜ਼ਮਾਨਤ ਹੁੰਦੀ ਹੈ ਤਾਂ ਉਹ ਇੱਕ ਪਾਰਟ ਆਫ ਪਾਰਸਲ ਆਫ ਪ੍ਰੋਸੀਜਰ ਦਾ ਹੈਗਾ, ਬਟ ਕੇਸ ਜਿਹੜਾ ਉਹ ਅੰਡਰ ਟ੍ਰਾਇਲ ਹੈ, ਅਦਾਲਤ ਆਪਣਾ ਫੈਸਲਾ ਸੁਣਾਏਗੀ। ਦੇਖੋ ਜੋ ਗਲਤ ਕੰਮ ਹੈ ਉਸਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ, ਔਰ ਖਾਸ ਕਰਕੇ ਉਹ ਕੰਮ ਜਿਹੜਾ ਸਾਡੀ ਸੁਸਾਇਟੀ ਨੂੰ ਹੈਂਪਰ ਕਰਦਾ ਜਾਂ ਸਾਡੇ ਜਿਹੜੀ ਸੁਸਾਇਟੀ ਹੈ ਜਾਂ ਸਾਡੇ ਸ਼ਹਿਰੀ ਨੇ ਜਾਂ ਬੱਚੇ ਨੇ ਉਹਨਾਂ ਨੂੰ ਕੋਈ ਗਲਤ ਮੈਸੇਜ ਜਾਂਦਾ ਤਾਂ ਉਹ ਸਟੋਪ ਕਰਨਾ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਤੁਸੀਂ ਮਿਲ ਕੇ ਸਾਰਾ ਕੰਮ ਖਤਮ ਕਰਾਂਗੇ ਜੋ ਗਲਤ ਹੈਗਾ। ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੈਨੀ ਦੀ ਰਿਪੋਰਟ।